लगता है इंसानी जामे दे विच एहो जी कदी सोच होनी नहीं चाहिए, क्योंकि एहो जी घिनौनी हरकत जिहड़ी आ उह जां तां मैनू जिन्नी क गल समझ आउंदी आ जां तां बंदा मैंटली डिस्टर्ब होगा ते जां फिर कोई ना कोई इहदे विच पिछे साजिश हो सकती है। इहदी डीपली इनवैसटीगेशन करवाउणी चाहीदी आ, क्योंकि हर बंदे नूं पता हैगा कि यह कितनी पवित्र जगह हैगी आ, और यह भी नहीं है कि उत्थे कोई इकलता हैगी आ। सो मैनू जिहड़ा शुरुआती तां इही लगदा कि जां तां कोई वड्डी साजिश आ ते जां फिर बंदा किते मैंटली। उस घटना नूं देखदे होए अज सवेरे कपूरथला दे निजामपुर दे विच वी जिहड़ी बेअदबी होई आ, लगदा नहीं बेअदबी दा? देखो ये तां बेसिकली किते ना किते कोई साजिश दे तहत हो रहा हैगा, पंजाब नूं डिस्टर्ब करन दी कोशिश हैगी आ, और मैनू नहीं लगता कि इहो जिहियां हरकतां जिहड़ियां किसे भी निजाम नूं जिहड़ा ਉਹ ਕਿਸੇ ਵੀ ਸਰਕਾਰ ਨੂੰ ਇਹੋ ਜਿਹੇ ਹਾਲਾਤ ਦੇ ਵਿੱਚ ਕਰ ਰਹੀ ਹੈ। ਇੱਕ ਪਾਸੇ ਦਰਬਾਰ ਸਾਹਿਬ ਜੀ ਨੇ ਬੇਅਦਬੀ ਕੀਤੀ, ਉਹਨੂੰ ਮੌਤ ਦੇ ਘਾਟ ਉਤਾਰ ਦੇਣਾ, ਅਤੇ ਦੂਜੇ ਪਾਸੇ ਉਹ ਯੁਵਕ ਨੂੰ ਪਕੜ ਲਿੱਤਾ ਗਿਆ ਹੈਗਾ, ਲੱਗਦਾ ਕੁਛ ਨਾ ਕੁਛ ਨਹੀਂ ਕਿਤੇ ਨਾ ਕਿਤੇ। ਜਦੋਂ ਜਿਹੜੀ ਆ ਸਵੇਰ ਦੀ ਅੱਜ ਦੀ ਘਟਨਾ ਹੈਗੀ ਹੈ, ਇਹ ਤਾਂ ਕਿਤੇ ਲੱਗਦਾ ਹੈਗਾ ਵੀ ਇਹ ਪੂਰਾ ਜਿਹੜਾ ਸੋਚੀ ਸਮਝੀ ਸਾਜਿਸ਼ ਹੈਗੀ ਆ। ਇਨਵੈਸਟੀਗੇਸ਼ਨ ਜਾ ਜਾਏਗਾ ਸਾਹਮਣੇ? ਨਹੀਂ, ਡੈਫੀਨੇਟਲੀ ਚੰਗੀ ਏਜੰਸੀ ਇਨਵੈਸਟੀਗੇਸ਼ਨ ਕਰੇ, ਕਿਉਂਕਿ ਅੱਜ ਕੱਲ੍ਹ ਇਨਵੈਸਟੀਗੇਸ਼ਨ ਏਜੰਸੀਆਂ ਦੇ ਵੀ ਹਾਲਾਤ ਤਾਂ ਇੱਦਾਂ ਦੇ ਹੋਏ ਆ ਨਾ ਕਿ ਜਦੋਂ ਦੀ ਇਹ BJP ਦੀ ਸਰਕਾਰ ਆਈ ਆ ਇਹਨਾਂ ਨੇ ਅਸਲੀ ਗੱਲ ਆ ਸਾਡੀ ਇੰਸਟੀਟਿਊਸ਼ਨਸ ਨੂੰ ਮਾਰ ਦਿੱਤਾ, ਜਿਹੜਾ ਸਭ ਤੋਂ ਡੈਮੋਕ੍ਰੇਸੀ ਦੇ ਵਿੱਚ ਵੱਡਾ ਖਤਰਾ ਹੈਗਾ। ਸੋ ਉਹ ਇਹੋ ਜਿਹੇ ਕੰਮ ਜਿਹੜੇ ਆ ਇੱਕ ਦੇਸ਼ ਨੂੰ ਚੰਗੇ ਪਾਸੇ ਨੂੰ ਲਿਜਾਣ ਲਈ ਕਰਨੇ ਨਹੀਂ ਚਾਹੀਦੇ। ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨੂੰ ਖੜ੍ਹੇ ਰੱਖਣਾ ਚਾਹੀਦਾ, ਰਾਦਰ ਉਹਨੂੰ ਤਕੜਾ ਰੱਖਣਾ ਚਾਹੀਦਾ, ਕਿਉਂਕਿ ਦੇਸ਼ ਵੱਡੇ ਹੁੰਦੇ ਆ, ਇੰਸਟੀਟਿਊਸ਼ਨਸ ਵੱਡੇ ਹੁੰਦੇ ਆ, ਕੋਈ ਪਾਰਟੀਆਂ ਜਾਂ ਕੋਈ ਇਨਸਾਨ ਵੱਡੇ ਨਹੀਂ ਹੁੰਦੇ।